ਦਿਨ ਦਿਹਾੜੇ ਇੱਕ ਸ਼ਖਸ ਨੂੰ ਲੁਟੇਰੇ ਨੇ ਘੇਰਾ ਪਾਇਆ ਤੇ ਇਹ ਲੁਟੇਰਾ ਆਪਣੇ ਆਪ ਨੂੰ CIA ਸਟਾਫ ਦਾ ਮੁਲਾਜ਼ਮ ਦੱਸ ਰਿਹਾ ਸੀ ਅਤੇ ਉਸਦੀ ਤਲਾਸ਼ੀ ਲੈਣ ਦੇ ਬਹਾਨੇ ਉਸ ਨੂੰ ਦੇਸੀ ਕੱਟਾਂ ਤੇ ਰਿਵੋਲਵਰ ਦਿਖਾ ਕੇ ਉਸ ਤੋਂ ਹਜ਼ਾਰਾਂ ਦੀ ਨਗਦੀ ਲੁੱਟ ਕੇ ਫਰਾਰ ਹੋਣ ਲੱਗਾ। ਪਰ ਮੌਕਾ ਰਹਿੰਦੇ ਪੀੜਤ ਵਿਅਕਤੀ ਨੇ ਵੀ ਦਲੇਰੀ ਦਿਖਾਈ ਅਤੇ ਜਦੋਂ ਇਹ ਲੁਟੇਰਾ ਆਪਣੀ ਸਕੂਟਰੀ ਤੇ ਫਰਾਰ ਹੋਣ ਲੱਗਾ ਤਾਂ ਸ਼ਖਸ ਨੇ ਸਕੂਟਰੀ ਦਾ ਹੈਂਡਲ ਹੀ ਮੋੜ ਦਿੱਤਾ, ਜਿਸ ਕਾਰਨ ਸਕੂਟਰੀ ਸਣੇ ਇਹ ਲੁਟੇਰਾ ਖੇਤਾਂ ਦੇ ਵਿੱਚ ਜਾ ਡਿੱਗਿਆ ਅਤੇ ਲੋਕਾਂ ਦੀ ਸਹਾਇਤਾ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਇਸ ਲੁਟੇਰੇ ਨੂੰ ਖੇਤਾਂ ਦੇ ਵਿੱਚੋਂ ਲੱਭਿਆ ਗਿਆ। ਕਿਉਂਕਿ ਜਦੋਂ ਇਹ ਲੁਟੇਰਾ ਸਕੂਟਰੀ ਸਣੇ ਖੇਤਾਂ ਦੇ ਵਿੱਚ ਜਾ ਡਿੱਗਿਆ ਤਾਂ ਕਾਫੀ ਸਮੇਂ ਤੱਕ ਖੇਤਾਂ ਦੇ ਵਿੱਚ ਹੀ ਲੁਕਿਆ ਰਿਹਾ, ਪਰ ਜਿਸ ਤੋਂ ਬਾਅਦ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਮੇਰੇ ਨਾਲ ਭਾਜੀ ਇੱਦਾਂ ਹੋਇਆ ਕਿ ਮੁੰਡੇ ਨੇ ਪਿੱਛੋਂ ਆ ਕੇ ਮੈਨੂੰ ਰੋਕਿਆ ਜੀ। ਦੋ ਮਿੰਟਾਂ ਤੱਕ ਕਰ ਲੈਂਦੇ ਆ, ਇੱਕ ਮੁੰਡਾ ਸੀਗਾ ਇਹਨਾਂ ਨੇ ਫੜਿਆ ਉਹ ਗੱਡੀ ਦੇ ਵਿੱਚ, ਉਹਨਾਂ ਨੇ ਮੈਨੂੰ ਰੋਕਿਆ, ਪਿਸਟਲ ਦਿਖਾਇਆ ਕੱਟਾ। ਉਸ ਤੋਂ ਬਾਅਦ ਮੈਨੂੰ ਕਹਿੰਦਾ ਮੈਂ CA ਸਟਾਫ 'ਚੋਂ ਹਾਂ, ਤੇਰੀ ਮੈਂ ਤਲਾਸ਼ੀ ਲੈਣੀ ਆ। ਮੈਂ ਕੱਟਾ ਦੇ ਕੇ ਰੋਕਿਆ। ਉਸ ਤੋਂ ਬਾਅਦ ਉਹਨੇ ਮੇਰੀ ਜੇਬ 'ਚ ਹੱਥ ਪਾਇਆ ਅਤੇ ਮੇਰਾ 25-26 ਹਜ਼ਾਰ ਰੁਪਇਆ ਕੱਢ ਲਿਆ। ਉਹਦੇ ਬਾਅਦ ਨਾ ਉਹਨੇ ਜਦੋਂ ਮੈਂ ਕੱਟਾ ਦਿਖਾਇਆ ਨਾ ਤਾਂ ਮੈਂ ਡਰ ਗਿਆ। ਫਿਰ ਉਹ ਪੈਸੇ ਲੈ ਕੇ ਦੌੜਨ ਲੱਗਾ ਅਤੇ ਵੀ ਉਹਦੀ ਸਕੂਟੀ ਅੱਗੇ ਖਲੋ ਗਿਆ। ਮੈਂ ਕਿਹਾ ਮੇਰੇ ਪੈਸੇ ਦੇ ਦੇ, ਉਹਨੇ ਮੈਨੂੰ ਚੁੱਕਿਆ, ਰੇਸ ਦਿੱਤੀ ਅਤੇ ਮੈਂ ਉਹਦਾ ਹੈਂਡਲ ਮੋੜਿਆ ਅਤੇ ਉਹ ਜਾ ਡਿੱਗਾ ਥੱਲੇ। ਉਸ ਤੋਂ ਬਾਅਦ ਭਾਜੀ ਉੱਧਰ ਕੱਟਾ ਲੈ ਕੇ ਭੱਜਿਆ, ਨਾਲ ਪੈਸੇ ਨਾਲ ਫੋਨ। ਫੋਨ ਤਾਂ ਮੇਰਾ ਲੱਭ ਗਿਆ, ਨਾ ਕੱਟਾ ਲੱਭਾ ਨਾ ਮੇਰੇ ਪੈਸੇ ਮੋੜਿਆ। ਉਹਦੇ ਵਿੱਚੋਂ ਮੇਰੇ ਸਿਰਫ 16,600 ਮੋੜਤਾ। ਦਿਨ ਦਿਹਾੜੇ ਇੱਕ ਸ਼ਖਸ ਨੂੰ ਲੁਟੇਰੇ ਨੇ ਘੇਰਾ ਪਾਇਆ ਤੇ ਇਹ ਲੁਟੇਰਾ ਆਪਣੇ ਆਪ ਨੂੰ CIA ਸਟਾਫ ਦਾ ਮੁਲਾਜ਼ਮ ਦੱਸ ਰਿਹਾ ਸੀ ਅਤੇ ਉਸਦੀ ਤਲਾਸ਼ੀ ਲੈਣ ਦੇ ਬਹਾਨੇ ਉਸ ਨੂੰ ਦੇਸੀ ਕੱਟਾਂ ਤੇ ਰਿਵੋਲਵਰ ਦਿਖਾ ਕੇ ਉਸ ਤੋਂ ਹਜ਼ਾਰਾਂ ਦੀ ਨਗਦੀ ਲੁੱਟ ਕੇ ਫਰਾਰ ਹੋਣ ਲੱਗਾ। ਪਰ ਮੌਕਾ ਰਹਿੰਦੇ ਪੀੜਤ ਵਿਅਕਤੀ ਨੇ ਵੀ ਦਲੇਰੀ ਦਿਖਾਈ ਅਤੇ ਜਦੋਂ ਇਹ ਲੁਟੇਰਾ ਆਪਣੀ ਸਕੂਟਰੀ ਤੇ ਫਰਾਰ ਹੋਣ ਲੱਗਾ ਤਾਂ ਸ਼ਖਸ ਨੇ ਸਕੂਟਰੀ ਦਾ ਹੈਂਡਲ ਹੀ ਮੋੜ ਦਿੱਤਾ, ਜਿਸ ਕਾਰਨ ਸਕੂਟਰੀ ਸਣੇ ਇਹ ਲੁਟੇਰਾ ਖੇਤਾਂ ਦੇ ਵਿੱਚ ਜਾ ਡਿੱਗਿਆ ਅਤੇ ਲੋਕਾਂ ਦੀ ਸਹਾਇਤਾ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਇਸ ਲੁਟੇਰੇ ਨੂੰ ਖੇਤਾਂ ਦੇ ਵਿੱਚੋਂ ਲੱਭਿਆ ਗਿਆ। ਕਿਉਂਕਿ ਜਦੋਂ ਇਹ ਲੁਟੇਰਾ ਸਕੂਟਰੀ ਸਣੇ ਖੇਤਾਂ ਦੇ ਵਿੱਚ ਜਾ ਡਿੱਗਿਆ ਤਾਂ ਕਾਫੀ ਸਮੇਂ ਤੱਕ ਖੇਤਾਂ ਦੇ ਵਿੱਚ ਹੀ ਲੁਕਿਆ ਰਿਹਾ, ਪਰ ਜਿਸ ਤੋਂ ਬਾਅਦ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਮੇਰੇ ਨਾਲ ਭਾਜੀ ਇੱਦਾਂ ਹੋਇਆ ਕਿ ਮੁੰਡੇ ਨੇ ਪਿੱਛੋਂ ਆ ਕੇ ਮੈਨੂੰ ਰੋਕਿਆ ਜੀ। ਦੋ ਮਿੰਟਾਂ ਤੱਕ ਕਰ ਲੈਂਦੇ ਆ, ਇੱਕ ਮੁੰਡਾ ਸੀਗਾ ਇਹਨਾਂ ਨੇ ਫੜਿਆ ਉਹ ਗੱਡੀ ਦੇ ਵਿੱਚ, ਉਹਨਾਂ ਨੇ ਮੈਨੂੰ ਰੋਕਿਆ, ਪਿਸਟਲ ਦਿਖਾਇਆ ਕੱਟਾ। ਉਸ ਤੋਂ ਬਾਅਦ ਮੈਨੂੰ ਕਹਿੰਦਾ ਮੈਂ CA ਸਟਾਫ 'ਚੋਂ ਹਾਂ, ਤੇਰੀ ਮੈਂ ਤਲਾਸ਼ੀ ਲੈਣੀ ਆ। ਮੈਂ ਕੱਟਾ ਦੇ ਕੇ ਰੋਕਿਆ। ਉਸ ਤੋਂ ਬਾਅਦ ਉਹਨੇ ਮੇਰੀ ਜੇਬ 'ਚ ਹੱਥ ਪਾਇਆ ਅਤੇ ਮੇਰਾ 25-26 ਹਜ਼ਾਰ ਰੁਪਇਆ ਕੱਢ ਲਿਆ। ਉਹਦੇ ਬਾਅਦ ਨਾ ਉਹਨੇ ਜਦੋਂ ਮੈਂ ਕੱਟਾ ਦਿਖਾਇਆ ਨਾ ਤਾਂ ਮੈਂ ਡਰ ਗਿਆ। ਫਿਰ ਉਹ ਪੈਸੇ ਲੈ ਕੇ ਦੌੜਨ ਲੱਗਾ ਅਤੇ ਵੀ ਉਹਦੀ ਸਕੂਟੀ ਅੱਗੇ ਖਲੋ ਗਿਆ। ਮੈਂ ਕਿਹਾ ਮੇਰੇ ਪੈਸੇ ਦੇ ਦੇ, ਉਹਨੇ ਮੈਨੂੰ ਚੁੱਕਿਆ, ਰੇਸ ਦਿੱਤੀ ਅਤੇ ਮੈਂ ਉਹਦਾ ਹੈਂਡਲ ਮੋੜਿਆ ਅਤੇ ਉਹ ਜਾ ਡਿੱਗਾ ਥੱਲੇ। ਉਸ ਤੋਂ ਬਾਅਦ ਭਾਜੀ ਉੱਧਰ ਕੱਟਾ ਲੈ ਕੇ ਭੱਜਿਆ, ਨਾਲ ਪੈਸੇ ਨਾਲ ਫੋਨ। ਫੋਨ ਤਾਂ ਮੇਰਾ ਲੱਭ ਗਿਆ, ਨਾ ਕੱਟਾ ਲੱਭਾ ਨਾ ਮੇਰੇ ਪੈਸੇ ਮੋੜਿਆ। ਉਹਦੇ ਵਿੱਚੋਂ ਮੇਰੇ ਸਿਰਫ 16,600 ਮੋੜਤਾ। ਛੱਬੀ ਸਤਾਈ ਹਜ਼ਾਰ ਰੁਪਏ ਸੀ, ਬਾਕੀ 16,600 ਰੁਪਏ ਨੇ ਮੋੜਤਾ, ਬਾਕੀ ਉਹ ਵੀ ਪੁਲਿਸ ਨੇ ਲੈ ਲਏ ਮੇਰੇ ਕੋਲ 16,600।